हरजीत, हाँ जी तेनू मेरे च केड़ी एहो जी चीज़ वधिया लगी ही कि तू अपनी सारी जिंदगी मेरे नाल गुजारन वास्ते तैयार हो गई। ओ मैनू ना तुहाडी पर्सनल आंटी बड़ी वधिया लगी ही। ओए उहनू परसनल आंटी नहीं कहिंदे, परसनैलिटी कहिंदे आ। पर्सनल आंटी ਮੈਨੂੰ ਜੁੱਤੀਆਂ ਦੀ ਲੋੜ ਨਹੀਂ ਤੂੰ ਚਾਹੀਦੀ ਨੀ ਮੈਨੂੰ ਲੈ, ਜੁੱਤੀ। ਇਹ ਕਿੱਦਾਂ ਦੀ ਗੱਲ ਕੀਤੀ ਤੁਸੀਂ? ਮੈਂ ਤੇ ਹੈਗੀ ਹੈਗੀ ਆ, ਲੋੜ ਤੇ ਤੁਹਾਨੂੰ ਬਸ ਜੁੱਤੀਆਂ ਦੀ ਆ। ਮੇਰਾ ਨਾ ਅੱਧਾ ਸਿਰ ਦੁਖਣ ਡਿਆ ਜੀ, ਲੱਗਦਾ ਡਾਕਟਰ ਨੂੰ ਦਿਖਾਉਣਾ ਪੈਣਾ ਆ। ਜਿੰਨਾ ਹੈ ਓਨਾ ਹੀ ਦੁਖਣਾ ਹੈ। ਮੈਂ ਮੁੰਡੇ ਦੇ ਪੇਪਰ ਖਤਮ ਹੋ ਜਾਣੇ ਆ 15 ਤਰੀਕ ਨੂੰ। ਹਾਂ ਤੇ ਤੂੰ ਜਾਣਾ ਹੋਣਾ ਫਿਰ ਪਿੰਡ ਰਹਿਣ? ਨਹੀਂ, ਹੈਰ ਕੀ ਨਹੀਂ ਮੈਂ ਜਾਣਾ। ਜਿਹੜੇ ਵੈਸੇ ਬੰਦੇ ਦੀ ਜ਼ਿੰਦਗੀ 'ਚ ਦੁੱਖ ਲਿਖੇ ਹੋਣ ਨਾ, ਮੈਂ ਹਿਸਾਬ ਜਿਹਾ ਲਾਇਆ ਵੀ ਉਹਦੀ ਘਰ ਦੀ ਛੁੱਟੀਆਂ 'ਚ ਵੀ ਨਹੀਂ ਪੇਕੇ ਜਾਂਦਾ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਝੋਟੀ। ਜੇ ਮੇਰੇ ਕਹਿਰ ਤੋਂ ਬਚਣਾ ਈ ਤੇ ਚੁੱਪ ਕਰਕੇ ਗਰਮਾ ਗਰਮ ਲਿਆ ਦੇ ਰੋਟੀ। 25-25-50 ਤੇਰੇ ਸਾਰੇ ਪੀਤੀ ਦਊਂਗੀ। ਲਓ ਜਿਹੋ ਜਿਹੀ ਰੁੱਖੀ ਮਿਸੀ ਮਿਲਦੀ ਆ ਨਾ, ਚੁੱਪ ਕਰਕੇ ਲੈ ਖਾ। ਮੈਨੂੰ ਤੇ ਲੱਗਦਾ ਸਮਝ ਗਿਆ ਹੋਏਗਾ, ਨਹੀਂ ਤੇ ਮੈਂ ਚੰਗੀ ਤਰ੍ਹਾਂ ਦਊ ਸਮਝਾ। ਹਰਜੀਤ, ਹਾਂਜੀ ਵੇਖ ਲਾ, ਤੂੰ ਕਹਿੰਦੀ ਹੁੰਦੀ ਹੈ ਨਾ ਵੀ ਮੈਂ ਭਾਵੇਂ ਪੂਰੀ ਦੁਨੀਆ ਘੁੰਮ ਕੇ ਵੇਖ ਲਾਂ, ਮੈਨੂੰ ਤੇਰੇ ਵਰਗੀ ਜਨਾਨੀ ਨਹੀਂ ਲੱਭਣੀ, ਤੇ ਉਹ ਤੇਰੀ ਗੱਲ ਬਿਲਕੁਲ ਸੱਚ ਹੋਈ ਓ, ਮੈਂ ਪੂਰੀ ਦੁਨੀਆ ਘੁੰਮ ਕੇ ਵੇਖ ਲਈ, ਮੈਨੂੰ ਤੇਰੇ ਵਰਗੀ ਜਨਾਨੀ ਨਹੀਂ ਓ ਲੱਭੀ। ਜਿਹੜੀ ਲੱਭੀ ਤੇਰੇ ਤੋਂ ਸਿਆਣੀ ਲੱਭੀ, ਤੇਰੇ ਤੋਂ ਸਮਝਦਾਰ ਲੱਭੀ, ਤੇਰੇ ਅੱਗੇ ਲਹੂ ਪੀਣੀ ਨਹੀਂ ਲੱਭੀ। ਦੁੱਖ ਇਸ ਗੱਲ ਦਾ ਨਹੀਂ ਆ ਵੀ ਘਰ ਵਾਲੀ ਸਾਰਾ ਦਿਨ ਕੰਮ ਕਰਵਾਉਂਦੀ ਰਹਿੰਦੀ ਹੈ, ਦੁੱਖ ਇਸ ਗੱਲ ਦਾ ਆ ਕੰਮ ਕਰਵਾਉਣ ਤੋਂ ਬਾਅਦ ਆਪਣੀ ਸਹੇਲੀ ਨੂੰ ਫੋਨ ਕਰਕੇ ਕਹੇਗੀ ਇਹ ਬੰਦਾ ਕਿਹੇ ਕੰਮ ਦਾ ਨਹੀਂ ਹੈਗਾ।